अस्सलाम वालेकुम वहमतुल्ला जी दोस्तों की हाल है ठीक हो सेहत तबीयत ठीक दोस्तों दो मेरा नंबर है जीरो तीन सौ पैती सत सौ तहत्तर सिफर सत सौ तहत्तर यहारा व्ट्सएप नंबर है यही मेरा कॉलिंग नंबर है वट्सएप भी यही है कॉलिंग नंबर जो टेलीन आर्थ कन्वर्ट है और आज ऐसी गल करनी है SM 18 ਦੇ ਬਲੌਰ SM 18 ਪਾਲisher ਜਿਹੜਾ ਨਾ ਉਹਦੇ ਬਲੌਰ ਦੇ ਬਾਰੇ ਵਿੱਚ ਕਿ ਅਗਰ ਤੁਹਾਡਾ ਬਲੌਰ ਫੱਕ ਜਾਂ ਪਾਊਡਰ ਨਹੀਂ ਸੱਕ ਕਰਦਾ ਜਾਂ ਚੰਦਾ ਨਹੀਂ ਉਹਦੇ ਬਾਰੇ ਚ ਅਸੀਂ ਨਾ ਅੱਜ ਗੱਲ ਕਰਨੀ ਹੈ ਤੇ ਬਈ ਅਗਰ ਉਹ ਨਹੀਂ ਚੰਦਾ ਤੇ ਉਹਦਾ ਕੀ ਹੱਲ ਹੈ ਅਗਰ ਤੇ ਤੁਹਾਡਾ SM 18 ਨਵਾਂ ਹੈ ਠੀਕ ਹੈ ਉਹ ਤੁਹਾਡਾ ਫਾਕ ਜਾਂ ਪਾਊਡਰ ਨਹੀਂ ਚੰਦਾ ਉਹਦੇ ਵਿੱਚ ਦੋ ਵਜੂ ਹਾਤ ਹੋ ਸਕਦੀਆਂ ਨੇ ਇੱਕ ਵਜਾ ਹੋ ਸਕਦੀ ਹੈ ਕਿ ਤੁਹਾਡਾ ਪਾਈਪ ਜਿਹੜਾ ਨਾ ਇਹ ਛੋਟਾ ਹੋ ਸਕਦਾ ਇਹ ਪਾਈਪ ਜਿਹੜਾ ਕਮ ਕਮ 4 ਇੰਚੀ ਤੁਹਾਡਾ ਹੋਣਾ ਚਾਹੀਦਾ ਹੈ ਠੀਕ ਹੈ ਜਿਹੜਾ ਪਾਈਪ ਹੈ कोशिश करो कि लोए क्योंकि प्लास्टिक पलास्टिक या दूसरा पाइप दुआड़ा वो जल्दी घस जाएगा क्योंकि ये मारा ठीक है और वो जल्दी घस के जल्दी जोड़ा ना खास करके जोड़ जड़ा उतो जल्दी और टुट जाएगा जल्दी लीकेज कर लग जाएगा और दूसरी जगह तो भी लीकेज जल्दी करा लग जाएगा आ जाके फिर भी दू चेंज करना पेगा <coughs> प्लास्टिक ਦਾ ਦੁਹਾਨਾ ਤੇ ਕੀਮਤ ਤਾਂ ਮਿਲੇਗਾ ਤੇ ਇਹ ਜਿਹੜਾ ਇਹ ਦੁਹਾਨਾ ਫੁੱਲ ਕੀ ਮੱਤੇ ਮਿਲਣਾ ਲੇਕਨੇ ਬਈ ਇੱਕ ਵਾਰੀ ਲਾ ਛੜੋ ਗਿਆ ਗੋ ਫਿਰ ਦੁਹਾਨਾ 15-20 ਸਾਲ ਦੀ ਟੈਨਸ਼ਨ ਕੋਈ ਨਹੀਂ ਹੋਣੀ ਹੁਣ ਮਸਲਨ ਸਾਡਾ ਇਹ ਪਾਈਪ ਹੈ ਇਹ ਹੁਣ ਲੱਗੇ ਅਜੇ ਇਹਦੇ ਉਪਰ ਤਕਰੀਬਨ 13 ਫੋਟੇ ਦੀ ਹਾਈਟ ਹੈ ਤਕਰੀਬਨ ਜਿਹੜਾ ਨਾ 20 ਫੋਟੇ ਦੀ ਲੰਬਾਈ ਹੈ ਲੈਂਥ ਹੈ ਠੀਕ ਹੈ ਜੀ 3 ফুট ਲੰਬਾਈ ਹੈ اور 13 ਕੋਟੇ ਦੀ ਹਾਈਟ ਹੈ اور ਜਿਹੜਾ ਨਾ ਸੱਕ ਕਰਦਾ ਪਿਆ اور ਅਗਰ 4 ਇੰਚੀ ਤੋਂ ਥੱਲੇ ਹੋਵੇਗਾ ਤੇ ਤੁਹਾਡਾ ਇਹ ਨਹੀਂ ਸੱਕ ਕਰੇਗਾ ਠੀਕ ਹੈ 4 ਇੰਚੀ ਹੈ ਤੇ ਫਿਰ ਤੁਹਾਡਾ ਨਹੀਂ ਸੱਕ ਕਰਦਾ ਪਿਆ ਫਿਰ ਉਹdal ਲੈ ਕਿ ਤੁਸੀਂ ਅਗਰ ਨਵੇਂ ਪਲ ਸ਼ਰਤੇ ਫਿਰ ਤੁਸੀਂ ਇਹ ਜਿਹੜੀ ਹੈ ਕਲਿੱਪ ਹੋਈ ਹੈ ਇਹ ਛੋਟੀ ਕਰਨੀ ਹੈ 1 ਇੰਚ ਛੋਟੀ ਕਰ ਚੜਨੀ ਹੈ ਤੁਹਾਡਾ ਡਾਇ ਚੁੱਕਣ ਲੱਗ ਜੇਗਾ ਠੀਕ ਹੈ ਅਗਰ ਤੁਹਾਡਾ ਪਾਲਸ਼ਰਾ ਪੁਰਾਣਾ ਤੇ ਫਿਰ ਤੁਸੀਂ ਚੈੱਕ ਕਰਨਾ ਪਾਇਪ ਤੁਹਾਡਾ 4 ਇੰਚ ਹੀ ਲੱਗ ਗਿਆ ਔਰ ਕੋਈ ਵੀ ਤੁਹਾਡੀ ਠੀਕ ਹੈ ਔਰ ਤੁਹਾਡਾ ਛੱਡ ਗਿਆ ਹੈ ਚੁਕਣਾ ਫਿਰ ਤੁਸੀਂ ਚੈੱਕ ਕਰਨਾ ਫਿਰ ਤੁਹਾਡੇ ਦੋ ਨੁਕਸ ਹੋ ਸਕਦੇ ਨੇ ਜਿਸ ਤਰ੍ਹਾਂ ਇਹ ਨਜ਼ਰ ਆ ਰਿਹਾ ਜੇ ਤਾਜ਼ਾ ਵੈਲਡ ਹੋਇਆ ਹੈ ਤਾਜ਼ਾ ਹੈ ਲੱਗੀ ਹੈ ਦੇ ਉੱਤੇ ਪੱਟੀ ਨਜ਼ਰ ਆ ਰਹੀ ਹੈ ਠੀਕ ਹੈ ਇਹ ਕੀ ਹੋਇਆ ਸਾਡਾ ਪਲਛਰ ਜਿਹੜਾ ਇਹਦੀ ਇਸ ਜਗ੍ਹਾ ਤੋਂ ਇੱਕ ਵੀ ਗਈ ਹੈ ਚਾਦਰ ਠੀਕ ਹੈ ਅਸੀਂ ਹੁਣ ਇਹਦੇ ਉੱਤੇ ਦੁਬਾਰਾ ਇਹ ਪੱਟੀ ਜਿਹੜੀ ਹੈ ਚਾਰ ਸੂਤਰ ਦੀ ਬੰਨ੍ਹ ਕਰਕੇ ਠੀਕ ਹੈ ਪੀਸਾਂ ਦੀ ਸੂਰਤ ਵਿੱਚ ਇਹਦੇ ਉੱਤੇ ਲਾਈ ਹੈ ਆ ਗਈ ਸਮਝ ਆਂ ਔਰ ਇਹਦਾ ਬਲੌਰ ਦੀ ਵੀ ਕੰਡੀਸ਼ਨ ਵੰਦੇ ਆਪਾਂ ਠੀਕ ਹੈ ਇਹ ਸੀਜ਼ਨ ਤੋਂ ਪਹਿਲਾਂ ਅਸੀਂ ਬਲੌਰ ਨਵਾਂ ਪਾਇਆ ਔਰ ਸੀਜ਼ਨ ਵਿੱਚ ਹੈ ਘਸ ਗਿਆ ਠੀਕ ਹੈ ਇਹ ਦੋਹਾਂ ਸੂਰਤਾਂ ਵਿੱਚ ਇੱਕ ਤੇ ਲੀਕਜ ਠੀਕ ਹੈ ਹਵਾ ਦਾ ਪ੍ਰੈਸ਼ਰ ਜਿਹੜਾ ਲੀਕ ਹੋ ਜਾਂਦਾ ਉਸ وجہ ਤੋਂ ਇਹ ਜਿਹੜਾ ਹਵਾ ਇਥੋਂ ਲੀਕਜ ਹੋਣ ਲੱਗ ਗਈ ਦੂਸਰਾ ਇਹ ਜਿਹੜਾ ਇਸ ਨੇ ਚਾਣੇ ਦੀ ਕੈਪੈਸਿਟੀ ਘਟ ਗਈ ਠੀਕ ਹੈ ਦੋਹਾਂ وجہ ਤੋਂ ਇਹ ਚੁਕਣਾ ਛੱਡ ਜਾਂਦਾ ਹੈ ਐਂ ਸਮਝ ਤੇ ਜਿਸ ਟਾਈਮ ਇਹ ਲੀਕਜ ਹੋ ਜਾ ਲੀਕਜ ਅਗਰ ਤੁਹਾਡਾ ਟਾਈਮ ਨਹੀਂ ਹੈ ਕੁਝ ਹੋਰੀ ਤਰੀਕੇ ਨਾਲ ਇਹ ਸਲੀਕਾ ਜਨੰਡਕੋ ਮਤਲਬ ਹੈ ਕੋਈ ਚਾਦਰ ਦਾ ਪੀਸ ਲੈ ਕੇ ਦੇ ਉੱਤੇ ਧਰ ਕੇ ਕੋਈ ਟੈਂਸ਼ਨ ਟਾਂ ਧਰ ਛੜੋ ਠੀਕ ਹੈ ਢਾਕ ਲੋ ਅਰਜ਼ੀ ਤੌਰ ਤੇ ਤੇ ਕੰਮ ਖਤਮ ਹੋ ਜਾ ਜੇ ਸਟੈਂਫਰਕ ਹੋ ਜਾ ਉਸ ਟਾਈਮ ਇਸਨੂੰ ਉੱਤੇ ਪੱਟੀ ਵੈਲਡ ਕਰ ਲੋ ਠੀਕ ਹੈ ਤੇ ਜੇ ਅਗਰ ਤੁਹਾਡੇ ਕੋਲ ਟਾਈਮ ਹੈ ਤੇ ਫਿਰ ਉਸੇ ਟਾਈਮ ਇਹਦੇ ਤੇ ਪੱਟੀ ਲਾਓ ਔਰ ਬਲੌਰ ਜਿਹੜਾ ਬਲੌਰ ਚੇਂਜ ਕਰ ਲੋ ਤਿਆਰ ਲੈ ਉਹ ਠੀਕ ਹੈ ਖੁਦ ਤਿਆਰ ਕਰ ਲੋ ਉਹਦਾ ਜਿਹੜਾ ਤੁਹਾਨੂੰ ਇਜ਼ੀ ਸੋਲੂਸ਼ਨ ਲੱਗੇ ਉਹ ਕਰ ਲਓ ਇਹਦੇ ਵਿੱਚ ਅਗਰ ਤੁਸੀਂ ਤੁਹਾਡਾ ਨਵਾਂ ਬਲੌਰ ਹੈ ਨਵਾਂ ਪਾਲisher ਹੈ ਤੁਸੀਂ ਕੋਈ ਚੇਂਜ ਨਹੀਂ ਕਰਨਾ ਚਾਹੁੰਦੇ ਉਹ ਜਿਹੜੀ ਹੈ ਠੀਕ ਹੈ ਫਿਰ ਤੁਸੀਂ ਇਹਦੀ 4 ਇੰਚ ਦੀ ਜਗਾ 6 ਇੰਚ ਪਾਈਪ ਲਾਓ ਠੀਕ ਹੈ 6 ਇੰਚ ਪਾਈਪ ਲਾਓ ਤੇ ਫਿਰ ਤੁਹਾਡਾ ਉਸ ਕੁਲੀ ਉੱਤੇ ਇਹ ਜਿਹੜਾ ਨਾ ਚੁੱਕਣ ਲੱਗ ਜਾਏਗਾ ਕਿਉਂਕਿ ਜਿੰਨਾ ਖੁੱਲਾ ਪਾਈਪ ਹੋਵੇਗਾ ਉਤਨਾ ਇਹ ਜਲਦੀ ਚੁੱਕੇਗਾ ਸਹੀ ਹੈ ਉਹ ਉਤਨਾ ਥੋੜੇ ਚੱਕਰਾਂ ਦੇ ਜਿੰਨਾ ਖੁੱਲਾ ਪਾਈਪ ਹੋਵੇਗਾ ਉਤਨੇ ਥੋੜੇ ਚੱਕਰਾਂ ਦੇ ਚੁੱਕੇਗਾ ਜਿੰਨਾ ਸੋੜਾ ਪਾਈਪ ਹੁੰਦਾ ਜਾਏਗਾ ਉਤਨੇ ਇਹ ਜ਼ਿਆਦਾ ਚੱਕਰ ਬਲੋਰ ਨ ਦੇਣੇ ਪੈਣਗੇ ਸਹੀ ਹੈ ਜੀ ਤੇ ਹੋਰ ਅਗਰ ਕੋਈ ਦੋਸਤ ਭਰਾ ਮੈਨ ਕੋਈ ਅੱਛਾ ਮਫੀਦ مشورہ ਦੇ ਸਕਦਾ ਹੋਵੇ ਤੇ ਜ਼ਰੂਰ ਦੇਵੇ ਮੈਨ WhatsApp ਤੇ ਮੈਸੇਜ ਕਰੇ ਅਗਰ ਕਿਸੇ ਦੋਸਤ ਨੂੰ ਕੋਈ مشورہ ਚਾਹੀਦਾ ਹੋਵੇ ਉਹ ਵੀ WhatsApp ਤੇ ਮੈਸੇਜ ਕਰੇ ਸਾਰੇ ਦੋਸਤਾਂ ਕੇ ਖਸੂਸੀ ਦੁਆਵਾਂ ਦੀ ਇਲਤਜਾ ਹੈ ਖਸੂਸੀ ਦੁਆਵਾਂ ਯਾਦ ਰੱਖਿਆ ਜਾਏ ਤੇ ਸਬਸਕ੍ਰਾਈਬ ਸਾਰੇ ਦੋਸਤਾਂ ਕੇ ਅਗਰ ਸਹੀ ਕਰਦੇ ਹੋ ਬਸ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਇਸ ਲਾਈਕ ਸਮਝ ਦਿਓ ਤੇ ਸਬਸਕ੍ਰਾਈਬ ਵੀ ਮੇਰਾ ਚੈਨਲ ਕਰਿਆ ਜਾਏ ਠੀਕ ਹੈ ਜੀ ਤੇ ਅੱਗੋ ਜਿੱਥੋ ਜਿੱਥੋ ਤੁਸੀਂ ਵੇਖਦੇ ਹੋ ਮੇਰੀਆਂ ਵੀਡੀਓ ਆਪਣੇ ਆਪਣੇ ਪਿੰਡ ਜਾਂ ਆਪਣੇ ਆਪਣੇ ਸ਼ਹਿਰਾਂ ਦੇ ਨਾਮ لازمی ਕਮੈਂਟ ਕਰਿਆ ਕਰੋ ਤਾਕਿ ਮੈਨੂੰ ਪਤਾ ਲੱਗਦਾ ਰਹੇ ਬਾਤ ਉਸੇ ਕਿੱਥੋਂ ਕਿੱਥੋਂ ਵੇਖਦੇ ਹੋ ਕਾ ਵੀਡੀਓ ਓਕੇ ਜੀ ਅੱਲਾਹ ਹਾਫਿਜ਼